हेलो गाइस, वेलकम बैक टू अनदर वीडियो। सत श्री अकाल सारे नूं ते स्वागत है नवी वीडियो च। अगर तुम मेरे चैनल पर पहली बार आए तो प्लीज सब्सक्राइब जरूर करो, तो बैल आइकन जरूर दबाओ, सो दैट कि मेरी आने वाली सारी वीडियोज तुहानूं जल्दी तो जल्द मिल सके। सो जिदा मैं प्रोमिस किया कि मैं इस गाने ते रिएक्शन जरूर दूंगा, जो कि रणजीत बावा सर का गाना है, फिकर करी नामी ये गाना आ चुका है। सो काफ़ी घंटे हो गए आए नूं, तो मैं थोड़ा लेट रिएक्शन दे रहा, टाइम नहीं मिले सीगा। सो अगर तक मैं अज तक इंस्टाग्राम से फॉलो नहीं किया तो लिंक थले पिया जाके प्लीज फॉलो कर लो। ते बिना देरी किए पहले आप गाना सुनते हैं, तो बाद चे रिएक्शन देने। लेट स्टार्ट गाइस। गल वक्त दी हुंदी है, सब शिकवे ला लांगे। गल वक्त दी हुंदी है, सब शिकवे ला लांगे। तू फिक्र करी ना मिये, तेरा पुत पिछे नहीं हटदा, आ दुनिया पिछे ला लांगे। सही गल है। तू फिक्र करी ना मिये, तेरा पुत पिछे नहीं हटदा, वाह बब्बू करा ही पालांगे। क्या बात है। तू फिक्र करी ना पिए, तेरा पुत पिछे नहीं हटदा, आ दुनिया पिछे ला लांगे। लाली मरे लाली तुझे ना। मैं आप नहीं कुछ भी कर सकता, मर मर के मैनू जो भी मिलना है तेरे चंगिया कमां करके। मैनू जो भी मिलना है तेरे चंगिया कमां करके, तेरे नाल ही हुंदा रब है, तेरी सीस दे विच ही सब है, किंज मार फे खा लांगे। तू फिक्र करी ना पिए, तेरा पुत पिछे नहीं हटदा, अब दुनिया पिछे ला लांगे। तू फिक्र करी ना पिए, तेरा पुत पिछे नहीं हटदा, दुनिया पिछे ला लांगे। क्या बात है, क्या बात है। ओए होए चढ़ाइए वीर जी। तुसी मेहनत कीती है इत्थे तक ल्याउणे दी, हुण मेरी वारी है। क्या बात है। शुकराउणे दी। ओए होए होए क्या बात है जी, क्या बात है। रणजीत बावा सर सलूट है पहले तुहानू, ते दुनिया तुसी पिछे ला ली है। सो बहुत सोहना गाना, गाना नहीं है एक्चुअली, तुहाडी तुहाडी आई थिंक आप भी लाइफ दी स्टोरी तुसी सुनाई है। सो मावां ठंडियां छावां बहुत वधिया लिखिया, जिन्हें भी लिखिया पर वीडियो काफ़ी घैंट बनाई है। सो रियल है कि हुण तुहाडी बारी अपनी मां नूं, मां जी नूं जो भी है, उन्होंने
ਉਹ ਸਭ ਕੁਛ ਫੈਸਿਲਿਟੀ ਦੇਣ ਦੀ ਜੋ ਉਹਨਾਂ ਨੇ ਸਟਰਗਲ ਕੀਤਾ ਸੋ ਰਿਵਾਰਡ ਇੱਕ ਕਿਸਮ ਦਾ ਪੁੱਤਾਂ ਦਾ ਆਪਣੀ ਮਾਵਾਂ ਨੂੰ ਆਪਣੇ ਪੇਰੈਂਟਸ ਨੂੰ ਸੋ ਮੈਨੂੰ ਤਾਂ ਕਾਫੀ ਵਧੀਆ ਲੱਗਾ ਕਿ ਲਾਈਕ ਇੱਕ ਇੰਸਪਾਇਰਿੰਗ ਗਾਣਾ ਵੰਸ ਅਗੇਨ ਰਣਜੀਤ ਬਾਵਾ ਦਾ ਸੋ ਕਾਫੀ ਯਾਰ ਮੋਟੀਵੇਟਿੰਗ ਹੁੰਦਾ ਹੈ ਸੋ ਉਹਨਾਂ ਦੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਅਗਰ ਤੁਹਾਨੂੰ ਮੇਰੀ ਰਿਐਕਸ਼ਨ ਚੰਗੀ ਲੱਗ ਰਹੀ ਹੈ ਇਹਨੂੰ ਜ਼ਰੂਰ ਲਾਈਕ ਕਰੋ ਅਤੇ ਯਾਰ ਆਲਵੇਜ਼ ਇੰਸਪਾਇਰਿੰਗ ਮੈਨੂੰ ਰਣਜੀਤ ਬਾਵਾ ਲਾਈਕ ਕੋਈ ਫਾਲਤੂ ਗਾਣਾ ਗਾਉਂਦੇ ਨੇ ਮੈਂ ਦੇਖਿਆ ਨਹੀਂ ਸੋ ਕਿੰਨਾ ਘੈਂਟ ਸੀ ਮਦਰ ਇੰਨਾ ਸਪੋਰਟਿਵ ਸੀਗੇ ਸਟਾਰਟਿੰਗ 'ਚ ਐਗਰੀਮੈਂਟ ਸਹੀ ਨਹੀਂ ਹੋਇਆ ਕੰਪਨੀ ਦੇ ਨਾਲ ਸ਼ਾਇਦ ਉੱਦਾਂ ਹੀ ਕੁਛ ਸੀਗਾ ਸੋ ਕਾਫੀ ਕੁਛ ਹੁੰਦਾ ਨਵੇਂ ਸਿੰਗਰਸ ਦੇ ਨਾਲ ਜਦੋਂ ਇੰਡਸਟਰੀ ਦੇ ਪਛਾਣਦੇ ਆ ਕਾਫੀ ਧੋਖਾ ਹੁੰਦਾ ਰਾਈਟ ਸੋ ਲਾਈਕ ਫਿਰ ਵੀ ਹਿੰਮਤ ਨਹੀਂ ਆ ਰਹੀ ਮਦਰ ਦਾ ਸਪੋਰਟ ਕਾਫੀ ਸੀਗਾ ਉਹਨਾਂ ਨੂੰ ਸੋ ਦਿਖਾਇਆ ਇਸ ਗਾਣੇ ਦੇ ਵਿੱਚ ਸੋ ਫੈਮਿਲੀ ਸਪੋਰਟ ਬਹੁਤ ਇੰਪੋਰਟੈਂਟ ਹੈ ਸੋ ਯਾਰ ਮਾਂ ਤੇ ਅੱਗੇ ਖੜੀ ਰਹਿੰਦੀ ਹੈ ਨਾਲ ਕਿਸੇ ਦੇ ਨਾਲ ਪੇਰੈਂਟਸ ਦੋਨੋਂ ਮਾਂ ਪਿਓ ਸੋ ਸਪੋਰਟ ਕਾਫੀ ਜ਼ਰੂਰੀ ਸੀ ਸੋ ਟੁੱਟਣ ਨਹੀਂ ਦਿੱਤਾ ਉਹਨਾਂ ਨੂੰ ਬਾਕੀ ਇਹਨਾਂ ਦੀ ਲਾਈਕ ਸਟੋਰੀ ਕੋਈ ਵੀ ਅਣਜਾਣ ਨਹੀਂ ਹੈ ਜਿਹਨਾਂ ਦੇ ਕਿੱਥੋਂ ਸਟਰਗਲ ਸਟਾਰਟ ਕੀਤੀ ਬਾਬਾ ਸਰ ਨੇ ਕਿੱਥੋਂ ਕੰਪੀਟੀਸ਼ਨ ਤੋਂ ਲੈ ਕੇ ਕਿੱਥੇ ਤੱਕ ਆਏ ਨੇ ਅੱਜ ਦੀ ਡੇਟ 'ਚ ਸੋ ਲੋਟ ਆਫ ਹਾਰਡ ਵਰਕ ਹੈ ਯਾਰ ਇੰਨਾ ਈਜ਼ੀ ਨਹੀਂ ਹੁੰਦਾ ਇੱਥੇ ਤੱਕ ਪਹੁੰਚਣਾ ਔਰ ਲਾਈਕ ਬਾਬਾ ਜੀ ਲਾਈਕ ਵਹਿਮਾਂ ਭਰਮਾਂ ਤੋਂ ਦੂਰ ਵਾਹਿਗੁਰੂ ਦੇ ਨਾਲ ਉਹ ਸਭ ਕੁਛ ਪੂਰਾ ਹੁੰਦਾ ਹੈ ਸੋ ਕਾਫੀ ਵਧੀਆ ਮੈਸੇਜ ਸੀਗਾ ਮੈਨੂੰ ਬਹੁਤ ਚੰਗਾ ਲੱਗਾ ਉਹ ਚੀਜ਼ ਕਿ ਵਹਿਮਾਂ ਭਰਮਾਂ ਤੋਂ ਦੂਰ ਬਾਕੀ ਚੀਜ਼ਾਂ ਸਾਰੀ ਸਾਈਡ 'ਤੇ ਰੱਖੋ ਔਰ ਵਾਹਿਗੁਰੂ ਨੂੰ ਯਾਦ ਕਰੋ ਸਭ ਕੁਛ ਠੀਕ ਹੁੰਦਾ ਸੋ ਆਇਓ ਸੀਗਾ ਮੇਰਾ ਦਿਲ ਨਹੀਂ ਕਰ ਰਿਹਾ ਗੱਲਾਂ ਕਰਕੇ ਸੋ ਇੰਨੀ ਜੀ ਮੇਰੀ ਰਿਐਕਸ਼ਨ ਸੀ ਅਗਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਕਰਕੇ ਜਾਣਾ ਮੇਰੇ ਵੀਡੀਓ ਨੂੰ ਅਤੇ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਇਸ ਗਾਣੇ ਦੇ ਵਿੱਚ ਕੀ ਚੰਗਾ ਲੱਗਾ ਅਤੇ ਕੀ ਇੰਸਪਾਇਰਿੰਗ ਫੈਕਟਰ ਸੀ ਇਸ ਗਾਣੇ ਅੰਦਰ ਜੋ ਤੁਹਾਨੂੰ ਇੰਸਪਾਇਰ ਕਰਦਾ ਮੇ ਬੀ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਅੱਗੇ ਵਧਣ ਨੂੰ ਕੋਸ਼ਿਸ਼ ਹਿੰਮਤ ਦੇ ਰਿਹਾ ਯਾਰ ਮੈਨੂੰ ਤਾਂ ਕਾਫੀ ਮੈਂ ਇਹਨਾਂ ਦਾ ਕੋਈ ਵੀ ਗਾਣਾ ਸੁਣਨਾ ਮੈਨੂੰ ਹਿੰਮਤ ਮਿਲਦੀ ਹੈ ਸੋ ਤੁਹਾਨੂੰ ਕੀ ਲੱਗਦਾ ਤਾਂ ਆਪਣੇ ਕਮੈਂਟ ਵੈਲਿਊਬਲ ਕਮੈਂਟ ਥੱਲੇ ਦਿਓ ਯਾਰ ਵੇਟ ਕਰ ਰਿਹਾ ਤੁਹਾਡੇ ਕਮੈਂਟਸ ਦਾ ਜਲਦੀ ਤੋਂ ਜਲਦੀ ਕਮੈਂਟ ਕਰੋ ਮਿਲਦੇ ਕਿਸੇ ਹੋਰ ਵੀਡੀਓ ਟਿਲ ਦੈਨ ਬਾਏ ਬਾਏ ਗਾਇਜ਼।